ਕਿਹਾ ਵਾ ਕਿ ਅਸੀਂ ਸੀਨੀਅਰ ਮੈਨ ਜਾਂ ਕਾਰਪੋਰੇਸ਼ਨ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਵਾਸਤੇ ਬਹੁਤ ਕੁਝ ਕੀਤਾ ਲੱਗਦਾ ਵਾ ਕਿ ਪਿਛਲੀ ਸਰਕਾਰ ਕੁਝ ਕਰਕੇ ਵੀ ਗਈ ਹੈ ਦੇਖੋ ਜੇ ਪਿਛਲੀਆਂ ਸਰਕਾਰਾਂ ਨੇ ਕੀਤਾ ਹੁੰਦਾ ਤੇ ਹੁਣ ਤੱਕ ਉਹ ਪੱਕੇ ਹੋਏ ਹੁੰਦੇ ਠੀਕ ਹੈ 3500 ਮੁਲਾਜ਼ਮ ਤਾਂ ਪਹਿਲਾਂ ਅਸੀਂ ਸਾਰੇ ਐਮਐਲਏ ਸਾਹਿਬਾਨ ਬੈਠੇ ਮੇਰੇ ਪੱਪੀ ਜੀ ਬੈਠੇ ਨੇ ਬੱਗਾ ਜੀ ਬੈਠੇ ਨੇ ਬਾਕੀ ਸਾਡੇ ਸਰਕਾਰ ਜੋ ਬਾਕੀ ਜਿੰਨੇ ਸ਼ਹਿਰ ਦੇ ਐਮਐਲਏ ਸਾਹਿਬਾਨ ਨੇ ਅਸੀਂ ਰਲ ਕੇ ਇਹ ਮੁਹਿੰਮ ਵੱਡੀ ਸੀ ਜਿਹਦੇ ਤਹਿਤ ਕੀ ਕਹਿੰਦੇ ਮਾਣਯੋਗ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਨਿੱਜਰ ਸਾਹਿਬ ਜਿਹੜੇ ਸਾਡੇ ਸਥਾਨਕ ਸਰਕਾਰਾਂ ਦੇ ਮੰਤਰੀ ਨੇ ਉੱਥੇ ਬੈਠ ਕੇ ਫੈਸਲੇ ਤੋਂ ਬਾਅਦ ਹੋਇਆ ਸੀ ਉਸ ਤੋਂ ਬਾਅਦ ਜਦੋਂ ਅਸੀਂ ਚਿੱਠੀਆਂ ਵੰਡੀਆਂ ਉਸ ਤੋਂ ਬਾਅਦ ਫਿਰ ਇੱਕ ਚੀਜ਼ ਸਾਹਮਣੇ ਆਈ ਕਿ ਜਿਹੜੇ ਓਵਰ ਏਜ ਰਹਿ ਗਏ ਨੇ 42 ਸਾਲ ਦੀ 45 ਸਾਲ ਦੀ ਉਮਰ ਵਾਲੇ ਉਹ ਬੰਦੇ ਤਾਂ ਰਿਟਾਇਰਮੈਂਟ ਹੋ ਜਾਣੀ ਆ 15 ਸਾਲ ਜਿਨ੍ਹਾਂ ਨੇ ਪਹਿਲਾਂ ਨੌਕਰੀ ਕੀਤੀ ਆ ਉਹਦੇ ਲਈ ਹੁਣ ਇਹ ਇੱਕ ਕ੍ਰਾਈਟੇਰੀਆ ਤਿਆਰ ਕੀਤਾ ਗਿਆ ਜਦੋਂ ਤੋਂ ਉਹਨਾਂ ਨੇ ਨੌਕਰੀ ਕੀਤੀ ਇਸ ਤੋਂ 15 ਸਾਲ ਪਹਿਲਾਂ ਜੇ ਬੰਦਾ ਜੁਆਇਨ ਕੀਤੀ ਉਦੋਂ ਉਹਦੀ ਉਮਰ ਕਿੰਨੀ ਸੀ ਠੀਕ ਆ ਉਸ ਉਮਰ ਦੇ ਹਿਸਾਬ ਨਾਲ ਉਹਦੀ ਅੱਗੇ ਕੈਟੇਗਰੀ ਫਿਕਸ ਹੋਏਗੀ ਤਾਂ ਕਿ ਉਹ ਜਿਹੜੇ 1000 ਬੰਦਾ ਰਹਿ ਗਿਆ ਸੀਗਾ ਵਿਚਾਰਾ ਉਹ ਵੀ ਇਹਦੇ ਵਿੱਚ ਸਾਰਾ ਸੈਟਅਪ ਹੋ ਜਾਣਾ ਤਾਂ ਕਿ ਕੋਈ ਵੀ ਮੁਲਾਜ਼ਮ ਜਿਹੜਾ ਸਫਾਈ ਕਰਮਚਾਰੀ ਆ ਭਾਵੇਂ ਸੀਵਰਮੈਨ ਹੈਗਾ ਕੋਈ ਵੀ ਹੁਣ ਇਸ ਚੀਜ਼ ਤੋਂ ਵਾਂਝਾ ਨਹੀਂ ਰਹੇਗਾ ਸਾਰੇ ਪੱਕੇ ਹੋਣਗੇ ਇਸ ਚੀਜ਼ ਦੀ ਸਾਰੀ ਜੋ ਮੈਂ ਧੰਨਵਾਦ ਕਰਦੇ ਹਾਂ ਅਸੀਂ ਸਾਰੇ ਐਮਐਲਏ ਬੈਠੇ ਹੋਏ ਪੱਪੀ ਜੀ ਬੈਠੇ ਨੇ ਸਾਡੀ ਮਾਨ ਜੀ ਦਾ ਜਿਨ੍ਹਾਂ ਨੇ ਆਪਣੀ ਉੱਚੀ ਸੋਚ ਰੱਖੀ ਹੈ ਦਿਸ਼ਾ ਨਿਰਦੇਸ਼ ਦਿੱਤੇ ਆਪਣੇ ਸਾਡੇ ਨਿੱਜਰ ਸਾਹਿਬ ਨੂੰ ਔਰ ਉਹਨਾਂ ਵਾਲੇ ਨੀਚੇ ਸਾਰੇ ਆਫਿਸਰ ਸਾਹਿਬ ਨਾਲ ਸਾਡੇ ਨਾਲ ਮੀਟਿੰਗ ਕਰਕੇ ਇੱਕ ਰਾਤੀ ਪ੍ਰੋਗਰਾਮ ਬਣਾ ਕੇ ਹੁਣ ਇਹ ਪਲਾਨ ਕੀਤਾ ਵੀ ਜਿਹੜੀ ਨੈਕਸਟ ਹਾਊਸ ਦੀ ਮੀਟਿੰਗ ਨਗਰ ਨਿਗਮ ਦੇ ਸਾਰੇ ਸਫਾਈ ਸੇਵਕ ਤੇ ਸੀਵਰਮੈਨ ਜਿਨ੍ਹਾਂ ਨੂੰ ਰੈਗੂਲਰਾਈਜ਼ ਜਿਨ੍ਹਾਂ ਦੀ ਸੇਵਾਵਾਂ ਰੈਗੂਲਰਾਈਜ਼ ਕੀਤੀ ਜਾ ਰਹੀ ਸੀ ਉਹਦੇ ਚੋਂ ਕਈ ਮੁਲਾਜ਼ਮ ਜਿਹੜੇ 42 ਸਾਲ ਦੀ ਏਜ ਤੋਂ ਵੱਧ ਸੀਗੇ ਉਹਨਾਂ ਦੀ ਸਾਨੂੰ ਅਪੀਲ ਆ ਰਹੀ ਸੀ ਉਹਨਾਂ ਵੱਲੋਂ ਮੰਗ ਆ ਰਹੀ ਸੀ ਕਿ ਉਹਨਾਂ ਨੂੰ ਵੀ ਪੱਕਾ ਕੀਤਾ ਜਾਏ ਕਿਉਂਕਿ ਜੇ ਉਹ ਓਵਰ ਏਜ ਹੋਏ ਹੈ ਤੇ ਉਹ ਕਈ ਸਾਲਾਂ ਤੋਂ ਕਾਰਪੋਰੇਸ਼ਨ ਦੀ ਸਰਵਿਸ ਵਿੱਚ ਕਾਰਪੋਰੇਸ਼ਨ ਦੇ ਕੰਮ ਵਿੱਚ ਹੀ ਓਵਰ ਏਜ ਹੋਏ ਹੈ ਇਸ ਮੰਗ ਤੇ ਸਾਰੇ ਐਮਐਲਏ ਸਾਹਿਬਾਨਾਂ ਨਾਲ ਜੁਆਇੰਟ ਮੀਟਿੰਗ ਕੀਤੀ ਗਈ ਤੇ ਇਸ ਮੁੱਦੇ ਤੇ ਚੰਡੀਗੜ੍ਹ ਜਾ ਕੇ ਮੰਤਰੀ ਸਾਹਿਬ ਨਾਲ ਮਾਨਯੋਗ ਲੋਕਲ ਬਾਡੀਜ਼ ਮਿਨਿਸਟਰ ਇੰਦਰਜੀਤ ਸਿੰਘ ਡਾਕਟਰ ਇੰਦਰਜੀਤ ਸਿੰਘ ਨਿੱਜਰ ਜੀ ਨਾਲ ਅਤੇ ਮਾਨਯੋਗ ਸੀਐਮ ਸਾਹਿਬ ਭਗਵੰਤ ਮਾਨ ਜੀ ਨਾਲ ਵੀ ਜੁਆਇੰਟ ਮੀਟਿੰਗ ਕੀਤੀ ਗਈ ਜਿਹਦੇ ਵਿਚ ਇਹ ਫੈਸਲਾ ਲਿੱਤਾ ਗਿਆ ਹੈ ਕਿ ਅਸੀਂ ਇਹਨਾਂ ਦਾ ਇਹ ਪ੍ਰਪੋਜ਼ਲ ਹਾਊਸ ਵਿਚ ਲੈ ਕੇ ਜਾਵਾਂਗੇ ਕਿ ਇਹਨਾਂ ਦੀ ਏਜ ਉਸ ਟਾਈਮ ਤੋਂ ਕੰਸੀਡਰ ਕੀਤੀ ਜਾਏ ਜਿਸ ਸਮੇਂ ਤੋਂ ਇਹ ਕਾਰਪੋਰੇਸ਼ਨ ਵਿਚ ਡਿਊਟੀ ਨਿਭਾ ਰਹੇ ਹਨ ਅਤੇ ਜਿੰਨੇ ਵੀ ਵਿਅਕਤੀ ਜਿੰਨੇ ਵੀ ਬੰਦੇ ਉਸ ਸਮੇਂ 42 ਸਾਲ ਦੀ ਏਜ ਤੋਂ ਘੱਟ ਸੀਗੇ ਉਹਨਾਂ ਨੂੰ ਇਹ ਹਾਊਸ ਵਿਚ ਇਹ ਕੇਸ ਵਿਚਾਰ ਕੇ ਪੁੱਟ ਅਪ ਕਰਕੇ ਉਹਨਾਂ ਨੂੰ ਵੀ ਉਹਨਾਂ ਦੀ ਵੀ ਸਰਵਿਸਿਜ਼ ਰੈਗੂਲਰ ਕੀਤੀਆਂ ਜਾਣਗੀਆਂ।